ਸਤ ਸ੍ਰੀ ਅਕਾਲ ਤੋਂ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਤੁਹਾਡੀ ਆਪਣੀ ਪੰਜਾਬੀ ਚੈਨਲ ਹਿੰਦ ਪੰਜਾਬ ਤੇ ਸਵਾਗਤ ਹੈ ਤੇ ਮੈਂ ਬਲਜੀਤ ਪਰਮਾਰ ਹਾਜ਼ਰ ਹਾਂ ਅੱਜ ਦੀ ਅਹਿਮ ਖਬਰ ਲੈ ਕੇ ਭਾਰਤ اور ਦੋ ਵੱਡੀਆਂ ਸੰਸਾਰੀ ਤਾਕਤਾਂ ਦਾ ਝਗੜਾ ਚੱਲ ਰਿਹਾ ਕਾਨੂੰਨੀ ਲੜਾਈ ਚੱਲ ਰਹੀ ਇੱਜ਼ਤ ਦਾ ਸਵਾਲ ਬਣਿਆ ਹੋਇਆ ਨੱਕ ਬਚਾਉਣ ਦੀ ਗੱਲ ਹੋ ਰਹੀ ਹੈ ਇੱਕ ਪਾਸੇ ਅਮਰੀਕਾ ਦੂਜੇ ਪਾਸੇ ਕੈਨੇਡਾ ਦੋਨਾਂ ਨਾਲ ਪੰਗਾ ਚੱਲ ਰਿਹਾ ਭਾਰਤ ਸਰਕਾਰ ਦਾ ਜਿਹੜਾ ਅਜੇ ਤੱਕ ਕਦੇ ਨਹੀਂ ਸੀ ਚੱਲਿਆ ਨਿੱਕੀਆਂ ਮੋਟੀਆਂ ਗੱਲਾਂ ਹੁੰਦੀਆਂ ਸੀ ਛੋਟੇ ਮੋਟੇ ਦੇਸ਼ਾਂ ਨਾਲ ਹੁੰਦੀਆਂ ਸੀ ਪਰ ਕਦੇ ਵੱਡੀਆਂ ਤਾਕਤਾਂ ਨਾਲ ਹਿੰਦੁਸਤਾਨ ਦਾ ਇਹੋ ਜਿਹਾ ਵਾਅ ਨਹੀਂ ਸੀ ਪਿਆ ਜਿਹੜਾ ਹੁਣ ਪੈ ਗਿਆ ਤੇ ਰਾਹ ਵੀ ਦੇਖਣਾ ਪੈ ਗਿਆ ਮੈਂ ਇਹ ਗੱਲ ਇਸ ਕਰਕੇ ਕਹਿ ਰਿਹਾ ਕਿ ਸਾਡੀਆਂ ਜਿਹੜੀਆਂ ਨੀਤੀਆਂ ਨੇ ਵਿਦੇਸ਼ ਨੀਤੀ ਖਾਸ ਤੌਰ ਤੇ ਦੇਸ਼ਤਿਆਂ ਦੀਆਂ ਨੀਤੀਆਂ ਤੇ ਛਾੜਦੀ ਉਹਨਾਂ ਦੀ ਆਪਾਂ ਹਾਲਤ ਰੋਜ਼ ਦੇਖਦੇ ਆਂ ਵਿਦੇਸ਼ ਨੀਤੀ ਅਸੀਂ ਇਸ ਤਰੀਕੇ ਨਾਲ ਘੜ ਲਈ ਕਿ ਅਸੀਂ ਦੁਨੀਆ ਦੀ ਤੀਜੀ ਵੱਡੀ ਤਾਕਤਾਂ ਮਤਲਬ ਰੂਸ ਔਰ ਅਮਰੀਕਾ ਤੋਂ ਬਾਅਦ ਹਿੰਦੁਸਤਾਨ ਦੇ ਰਾਜਦੂਤ ਤੇਨਾਂ ਦੀ ਫੋਰਨ ਮਿਨਿਸਟਰੀ ਫੋਰਨ ਐਕਸਪਰਟ ਇਹ ਸਮਝਣ ਲੱਗੇ ਕਿ ਭਾਰਤ ਤਾਂ ਬਸਣ ਤੀਸਰਾ ਵੱਡਾ ਮੁਲਕ ਬਣ ਗਿਆ ਚਾਈਨਾ ਨੂੰ ਵੀ ਪਿੱਛੇ ਛੱਡਤਾ ਕਿਉਂਕਿ ਚਾਈਨਾ ਦੀਆਂ ਆਪਣੀਆਂ ਪ੍ਰੋਬਲਮ ਬਹੁਤ ਸਾਰੇ ਦੋਸ਼ਾਂ ਨਾਲ ਅਦੇਸ਼ਾਂ ਨਾਲ ਚਲਦੀਆਂ ਭਾਰਤ ਨੂੰ ਗਲਤ ਫਹਮੀ ਹੋ ਗਈ ਜਿਹੜੀ ਉਹ ਨਹੀਂ ਸੀ ਚਾਹੀਦੀ ਆਪਰੇ ਤਾਂ ਦੋਸਤੋ ਸਾਡੇ ਗੁਰੂ ਸਾਹਿਬਾਨ ਨੇ ਕਿਹਾ ਨਿਗੇ ਨਿਵੇਸ਼ ਗੌੜਾ ਹੋਈ ਹਲੀਮੀ ਰੱਖਣੀ ਚਾਹੀਦੀ ਹੈ ਆਪਣੇ ਕੰਮ ਨਾਲ ਆਪਣੇ ਕਿਰਦਾਰ ਨਾਲ ਇੱਜ਼ਤ ਮਾਉਣੀ ਚਾਹੀਦੀ ਹੈ ਕਿਤੇ ਨਾ ਪੱਗੇ ਲੈ ਕੇ ਧਰਾ ਧਮਕਾ ਕੇ ਫਿਰ ਉਹ ਪਾਥਾ ਪੁਠਾ ਪੈ ਜਾਂਦਾ ਜਿਵੇਂ ਪੁਰਾਣੀਆਂ ਪੰਜਾਬੀ ਫਿਲਮਾਂ ਚ ਡਾਇਲੌਗ ਹੁੰਦਾ ਸੀ ਤੇ ਇੱਕ ਮੈਨੂੰ ਇੱਕ ਯਾਦ ਆਦਾ ਪੁਰਾਣਾ ਪੰਜਾਬੀ ਦੀ ਬੋਲੀ ਸੀ ਜਾਂ ਕੋਈ ਗਾਣਾ ਸੀ ਪੁਠਾ ਪਗਾ ਲੈ ਲਿਆ ਗੋਰੀਏ ਐਵੇਂ ਬੋਕਦੇ ਸਿੰਘਾਂ ਨੂੰ ਹੱਥ ਲਾ ਕੇ ਇਹ ਸਿੰਘ ਜਿਹੜੇ ਫੜਲੇ ਭਾਰਤ ਸਰਕਾਰ ਨੇ ਇਹ ਬੜੇ ਬਾਰੇ ਪੈ ਰਹੇ ਮੜਾ ਸੋਚ ਵਿਚਾਰ ਕੇ ਕੰਮ ਕਰਨਾ ਚਾਹੀਦਾ ਸੀ।ਔਰ ਇਹ ਦੋਨੇ ਪੰਗੇ ਜਿਹੜੇ ਦੋ ਸਿੱਖਾਂ ਕਰਕੇ ਪਏ ਆ ਇਸ ਕਰਕੇ ਇਹ ਪੰਜਾਬੀ 'ਚ ਐਪੀਸੋਡ ਬਣਾਉਣ ਦੀ ਹਿੰਮਤ ਕਰ ਰਿਹਾ। ਹਿੰਦੀ ਆਡੀਅנס ਨੂੰ ਇਹ ਗੱਲਾਂ ਸਮਝ ਨਹੀਂ ਆਉਣੀਆਂ। ਅਮਰੀਕਾ ਟ ਰਹੰਦਾ ਗੁਰਪਰਵੰਤ ਸਿੰਘ ਪੰਨੂ ਉਦੀ ਕਿੰਨੀ ਕੋਦੀ ਫਾਲ ਹੋਊਗਾ ਕਿੰਨਾ ਕੋਹ ਬਹੁਤ ਵੱਡਾ ਕੋਈ ਲੀਡਰ ਹੈ ਕੋਈ ਬਹੁਤ ਵੱਡਾ ਸਿਆਸਤਦਾਨ ਹੈ ਬਹੁਤ ਵੱਡਾ ਵਿਦਵਾਨ ਹੈ ਜੋ ਕੁਝ ਹੈ ਕਿਸੇ ਨੂੰ ਨਹੀਂ ਪਤਾ ਵਕੀਲ ਪੇਛੇ ਤੋਂ ਹੈ ਲੇਕਰ ਕਿੰਨੀ ਕੋਦੀ ਪ੍ਰੈਕਟਿਸ ਚੱਲਦੀ ਹੈ ਕੀ ਆ ਕਿਸੇ ਨੂੰ ਨਹੀਂ ਪਤਾ ਉਹਦੇ ਖਿਲਾਫ بڑے ਬੰਦੇ ਅਮਰੀਕਾ 'ਚ ਖੜੇ ਹੋਏ ਸਿਕਾਨੀਆਂ ਦੇ ਸੇ ਬੰਦੀਆਂ ਬਣੀਆਂ ਥੋੜੀ ਜੋਦੇ ਨਾਲ ਵੀ ਜੁੜੇ ਤੇ ਕੁਝ ਛਾੜੇ ਛੜਾ ਕੇ ਬੀਜੇਪੀ ਨਾਲ ਲੜ ਗਏ ਅਮਰੀਕਾ ਦੇ ਬੜੇ ਧਨਾੜ ਤੇ ਬੜੇ ਪ੍ਰੋਮਿਨੈਂਟ ਸਿੱਖ ਬੀਜੇਪੀ ਦੀ ਢੋਲੀ ਰਿਦਾ ਕੇ ਬੈਠ ਕੇ ਸੀ ਕਹੋ ਉਹਨਾਂ ਤਾਂ ਆਪਣੀ ਮਰਜ਼ੀ ਆ ਦੇ ਆਪ ਦਾ ਫਰੀडम ਕਿ ਦੀ ਢੋਲੀ ਚ ਬਣਾ ਕੀ ਦੀ ਨਹੀਂ ਬਣਾ ਪਰ ਹੁਣ ਜਦੋਂ ਉਹ ਗੋਲ ਪਰ ਪਤਵੰਤ ਸਿੰਘ ਪੰਨੂ ਜਿਹੜਾ ਹੋਰ ਕੁਝ ਨਹੀਂ ਕਰਦਾ ਉਹ ਇੱਕ ਰੈਫਰੈਂਡਮ ਕਰਾਉਂਦਾ ਕਦੇ ਗੁਲਾਨ ਤੇ ਕਦੇ ਅਮਰੀਕਾ ਦੇ ਕਦੇ ਕੈਨੇਡਾ ਦੇ ਖਾਲਿਸਤਾਨ ਰੈਫਰੰਡਮ ਕਰਾਉਂਦਾ ਉਹਨਾਂ ਦੇਸ਼ਾਂ 'ਚ ਜਿੱਥੇ ਰਾਜੇ ਜਿੱਥੇ ਖਾਲਿਸਤਾਨ ਬਣਨਾਂ ਨਹੀਂ ਤੇ ਨਾਲ ਉਹਨਾਂ ਨੇ ਬਣ ਦੇਣਾ ਜਿਹੜੇ ਕੰਟਰੀ 'ਚ ਤੁਸੀਂ ਕੋਈ ਆਪਣਾ ਨਵਾਂ ਦੇਸ਼ ਨਵਾਂ ਸੂਬਾ ਨਵਾਂ ਪ੍ਰਦੇਸ਼ ਕੁਝ ਨਹੀਂ ਬਣਾ ਸਕਦੇ ਉੱਥੇ ਰੈਫਰੰਡਮ ਕਰਨ ਦਾ ਮਤਲਬ ਕੀ ਆ ਫਿਰ ਤੁਸੀਂ ਸੋਚੋਗੇ ਕਿ ਉਹ ਲੋਕ ਇਹ ਨਹੀਂ ਉਹ ਜਾ ਕਿਉਂ ਕਰਨ ਦਿੰਦੀਆਂ ਸਰਕਾਰਾਂ ਉਹ ਇਸ ਕਰਕੇ ਕਰਨ ਦਿੰਦੀਆਂ ਕਿ ਉਥੇ ਫਰੀडम ਆਫ ਐਕਸਪ੍ਰੈਸ਼ਨ ਉਥੇ ਆਪਣੇ ਵਿਚਾਰ ਸ਼ਾਂਤਮਈ ਤਰੀਕੇ ਨਾਲ ਰੱਖਣ ਦੀ ਆਜ਼ਾਦੀ ਹੈ ਹੁਣ ਜੇ ਉਹ ਲੋਕ ਅਮਰੀਕਾ 'ਚ ਕਿਤੇ ਰੈਫਰੈਂਡਮ ਕਰ ਵੀ ਲੈਂਦੇ ਆ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਵੀ ਲਾ ਦਿੰਦੇ ਆ ਉਹਦਾ ਦਰਦ ਤੇ تکلیف ਭਾਰਤ ਸਰਕਾਰ ਨੂੰ ਨਹੀਂ ਹੋਣੀ ਚਾਹੀਦੀ ਕਿਉਂਕਿ ਜੋ ਹੋ ਰਿਹਾ ਬੇਚੀ ਧਰਤੀ ਤੇ ਉਹ ਹੋ ਰਿਹਾ ਮਹੋਤਵਾਨਾ ਚ ਲੋਕ ਆਜ਼ਾਦੀ ਮੰਗ ਰਹੇ ਆ ਸਾਊਥ ਅਫਰੀਕਾ ਦੇ ਕਿਸੇ ਚ ਲੋਕ ਆਜ਼ਾਦੀ ਮੰਗ ਰਹੇ ਆ ਜੋ ਗੰਦਾ ਚ ਪਟਾਲ ਆ ਉਹ ਆ ਕਿੰਨੀਆਂ ਚ ਕੋ ਚੋਰੀਆ ਫਿਲਸਤੀਨੀਆਂ ਦਾ ਇਜ਼ਰਾਈਲ ਦੀ ਧੰਗ ਤਲ ਰਹੀ ਆ ਈਰਾਕ ایران ਦੇ ਕੁਝ ਲੋਕ ਇੰਡੀਪੈਂਡੈਂਸ ਮੰਗ ਰਹੇ ਆ ਪਾਕਿਸਤਾਨ ਚ ਜਿਹੜੇ ਬਲੋਚ ਨੇ ਆਜ਼ਾਦੀ ਮੰਗ ਰਹੇ ਆ ਸੋ ਇਹ ਹਰ ਦੇਸ਼ ਤੇ ਉਹਨੀਆਂ ਚੀਜ਼ਾਂ ਚੱਲਦੀਆਂ ਬਗਲਾਦੇਸ਼ ਚ ਰਾਜ ਪਲਟਾ ਆ ਗਿਆ ਸ਼੍ਰੀਲੰਕਾ ਤੇ ਰਾਜ ਪਲਟਾ ਆ ਗਿਆ ਸਭ ਕੁਝ ਮਾਲਦੀਵ ਤੇ ਹੋ ਗਿਆ ਉਹ ਸਾਰਾ ਦੇਖਿਆ ਤੁਸੀਂ ਕਾਪੜਾ ਦੇਖਦੇ ਹੋ ਲੋਕਾਂ ਦੇ ਘਰੀਆਂ ਅਸੀਂ ਉਹਨਾਂ ਦੀ ਸਿਰਦਾਰਤੀ ਆਪਣੇ ਸਿਰ ਕਿਉਂ ਲੈਣੇ ਹੁਣ ਪੰਨੂ ਨੂੰ ਅਮਰੀਕਾ ਬੈਠ ਕੇ ਕੁਝ ਕਰੀ ਜਾਂਦਾ ਉਹਨੂੰ ਇਗਨੋਰ ਕਰਨਾ ਚਾਹੀਦਾ ਤੇ ਕਰੀ ਜਾਂਦੇ ਹੋ ਪਾਲਿਟੀ ਤਾਂ ਹੀ ਹੋਣੀ ਚਾਹੀਦੀ ਉਹ ਜੋ ਤੁਹਾਡੀ ਸਰਕਾਰ ਦੇ ਖਿਲਾਫ ਕਰ ਰਿਹਾ ਉਹਦੀ ਸ਼ਿਕਾਇਤ ਤੁਸੀਂ ਸਰਕਾਰ ਨੂੰ ਕਰਦੇ ਆ ਅਮਰੀਕਨ ਗਵਰਨਮੈਂਟ ਨੂੰ ਕਰਦੇ ਕਿ ਦੇਖੋ ਜੀ ਤੁਹਾਡੇ ਦੇਸ਼ 'ਚ ਬੈਠ ਕੇ ਇਹ ਆਗਮੀ ਤੁਹਾਡੀਆਂ ਸਹੂਲਤਾਂ ਦਾ ਤੁਹਾਡੀ ਨਾਗਰਿਕਤਾ ਦਾ ਨਜਾਇਜ਼ ਫਾਇਦਾ ਉਠਾ ਰਹੇ ਹਨ ਉਹਨੂੰ ਲਗਾਮ ਦਿਓ ਇਹਨੂੰ ਕਹਿੰਦੇ ਡਿਪਲੋਮੇਸੀ ਸਰਡੇ ਪ੍ਰਧਾਨ ਮੰਤਰੀ ਤਾਂ ਕਹਦੇ ਸੀ ਕਿ ਅਸੀਂ ਤੇ ਅਮਰੀਕਾ ਇੱਕੋ ਹੀ ਆ ਖਾਸ ਤੌਰ ਤੇ 트럼ਪ ਦੀ ਸਰਕਾਰ ਵੇਲੇ ਇਹਨਾਂ ਤਾਂ ਅਮਰੀਕਾ ਜਾ ਕੇ ਇਹ ਵੀ ਕਹਿੰਦਾ ਸੀ ਵੀ ਅਗਲੀ ਸਰਕਾਰ ਜਿਹੜੀ ਉਹ ਭਾਰਤੀ ਬਣਾਉਣਗੇ ਔਰ ਸਾਡੀਆਂ ਇਲੈਕਸ਼ਨਾਂ ਉਹ 트럼ਪ ਇੱਥੇ ਆਇਆ ਤੇ ਉਹਨੇ ਮੋਦੀ ਦੇ ਨਾਰੇ ਲਾਤੇ ਅਹਮਦਾਬਾਦ 'ਚ ਬੜਾ ਵੱਡਾ ਫੰਕਸ਼ਨ ਕੀਤਾ ਕਰ ਜੇ ਤੁਹਾਡੇ ਰਿਸ਼ਤੇ ਇੰਨੇ ਚੱਗੇ ਸੀ ਉਹ ਰਿਸ਼ਤੀਆਂ ਦਾ ਫਾਇਦਾ ਉਠਾ ਕੇ ਗੁਰਵਕੁਰ ਪਤਵੰਤ ਸਿੰਘ ਪੰਨੋ ਨੂੰ ਲਗਾਮ ਪਵਾ ਦਿੰਦੇ ਜੋ ਉਹਨਾਂ ਦੇ ਕਾਨੂੰਨ ਮੁਤਾਬਕ ਸੰਭਵ ਨਹੀਂ ਹੈ ਕਿਉਂਕਿ ਉਥੋਂ ਦਾ ਕਾਨੂੰਨ ਬੜਾ ਸਖਤ ਹੈ ਉਹ ਰਾਸ਼ਟਰਪਤੀ ਜੀ ਵੀ ਨਹੀਂ ਸੁਣਦੇ ਆਪਣੇ ਦੀ ਹੋਰ ਤਾਂ ਕਿਤੇ ਦੀ ਕੀ ਸੁਣਨੀ ਪਰ ਤਰੀਕੇ ਸਰਕਾਰਾਂ ਕੋਲੇ ਫੇਰ ਵੀ ਹੁੰਦੇ ਉਹ ਆਪਣੇ ਤਰੀਕੇ ਨਾਲ ਪੰਨੋ ਨੂੰ ਸਮਝਾ ਦਿੰਦੇ ਕਿ ਯਾਰ ਤੂੰ ਜ਼ਿਆਦਾ ਬੋਲਿਆ ਨਾ ਕਰ ਆਰਾਮ ਨਾ ਰਹਿ ਤੇ ਰਹੀ ਜਨਨਾ ਆਪਣਾ ਕੰਮ ਕਰੀ ਜਾ ਠੀਕ ਹੈ तरीके ਹੋਰ ਵੀ ਹੁੰਦੇ ਆ ਜਾਂਚੀਆਂ ਕੋਲੇ ਬੜੇ ਤਰੀਕੇ ਹੁੰਦੇ ਆ ਬੰਦੇ ਨੂੰ ਸਦਾ ਕਰਨ ਦੇ ਖਾਰੇ ਹੋ ਜਾਂ ਕਮਤਾ ਕੀਤਾ ਨਹੀਂ ਹੁਣ ਜਦੋਂ ਫੇਰ ਅਮਰੀਕਾ ਚ ਇਲੈਕਸ਼ਨਾਂ ਹੋ ਰਹੀਆਂ ਉਹ ਤਾਂ ਇਹ ਮੁੱਦਾ ਫੇਰ ਗਰਮ ਆ ਗਿਆ ਹਾਲਾਂਕਿ ਪਿਛਲੇ ਸਾਲ ਤੋਂ ਚੱਲ ਰਿਹਾ ਅਕਤੂਬਰ ਤੋਂ ਪਿਛਲੇ ਸਾਲ ਦੇ ਪਿਛਲੇ ਸਾਲ ਅਕਤੂਬਰ ਚ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਜਿਹੜੀ ਰਚੀ ਗਈ ਸੀ ਉਹਦਾ ਅਸ ਕੁਝ ਸਬੂਤ ਤੇ ਕੁਝ ਉਹ ਉਸ ਉਦੋਂ ਅਜੇ ਸ਼ੁਰੂਆਤ ਹੋਈ ਸੀ ਉਹ ਐਮਪੀਆ ਨੂੰ ਲੱਗਦੇ ਆ ਮੈਂ ਲੰਬੀ ਤੁਹਾਡੀ ਗਲਤ ਨਹੀਂ ਪਾਉਂਗਾ ਆਪਾਂ ਪਹਿਲਾਂ ਵੀ ਕੈਪੀਟਲ ਬਣਾਇਆ ਸੀ ਤੁਸੀਂ ਸਾਰੇ ਜਾਣੂ ਅਖਬਾਰ ਪੜ੍ਹਦੇ ਹੋ ਉਹਦੇ ਇੱਚੇ ਸਾਹਮਣੇ ਆਇਆ ਕਿ ਭਾਰਤ ਸਰਕਾਰ ਦੇ ਕੁਝ ਜਸੂਸੀ ਵਿਭਾਗਾ ਨਾਲ ਜੁੜੇ ਲੋਕਾਂ ਨੇ ਸਾਜ਼ਿਸ਼ ਰਚੀ ਹੋਤੀ ਨਿਕਲ ਗੁਪਤਾ ਦਾ ਸਾਥ ਲਿਆ ਉਹਨੇ ਚ ਕਰੋ ਦਾ ਇਹਨ ਵਿਕਾਸ ਯਾਦੋ ਉਹ ਕੋਆਰਡੀਨੇਟ ਕਰ ਰਿਆ ਸੀ ਏਜੰਸੀਆਂ ਵੱਲੋਂ ਭਾਰਤ ਦੀਆਂ ਏਜੰਸੀਆਂ ਵੱਲੋਂ ਅੱਗੇ ਗੁਪਤਾ ਅਮਰੀਕਾ ਚ ਬੈਠ ਕੇ ਕਿੱਲਰ ਲੱਭ ਰਿਆ ਸੀ ਪੈਸੇ ਦੇ ਕੇ ਕਤਲ ਕਰਨ ਵਾਲੇ ਬੰਦੇ ਲੱਭ ਰਿਆ ਸੀ ਉਹ ਬੰਦੇ ਅੱਗੇ ਅਮਰੀਕਾ ਦੇ ਆਪਣੇ ਏਜੰਟ ਨਿਕਲੇ ਖੈਰ ਹੋ ਗਿਆ ਉਸ ਤੋਂ ਬਾਦੋ ਜਿਹੜੇ ਉੱਥੋਂ ਦੇ ਜਸਟਿਸ ਡਿਪਾਰਟਮੈਂਟ ਹੈ ਉਹ ਪਿਛਲੇ ਸਾਲ ਅਕਤੂਬਰ ਚ ਮਾਮਲਾ ਦਰਦ ਕਰ ਦਿੰਦਾ ਜਿਹਦੇ ਤੇ ਇੱਕ ਵਿਕਰਮ ਯਾਦਵ ਨਾਂ ਦੇ ਬੰਦੇ ਦਾ ਜ਼ਿਕਰ ਹੁੰਦਾ ਨਿਕਲ ਗੁਪਤਾ ਨੇ ਜਿਸ ਬੰਦੇ ਦਾ ਜੋ ਨਾਂ ਲਿਆ ਹੁੰਦਾ ਆਪਣੇ ਲੋਕਾਂ ਨਾਲ ਜਾਂ ਕੁਝ ਜੋ ਜਾਂ ਐਫ ਪੀਆਈ ਵੀ ਇਨਵੈਸਟੀਗੇਸ਼ਨ ਸੀ ਉਹਦੇ ਜਿਹ ਵਿਕਰਮ ਯਾਦਵ ਨਾਂ ਦਾ ਨਾਂ ਇੱਕ ਸਾਹਮਣੇ ਆਉਂਦਾ ਬਾਤ ਪਤਾ ਲੱਗਿਆ ਕਿ ਉਹ ਵਿਕਰਮ ਜੜਾ ਸੀ ਉਹ ਢਮੀ ਨਹੀਂ ਸੀ ਅਸਲ ਚੋਸ ਬੱਦੇ ਦਾ ਨਾ ਵਿਕਾਸ ਸੀ ਆ ਤੇ ਉਹ ਸੀਆਰਪੀਐਫ ਸੈਂਟਰਲ ਰਿਜ਼ਰਵ ਪੁਲਿਸ ਫੋਰਸ ਦਾ ਇੱਕ ਹਾਲਾ ਅਫਸਰ ਹੈ ਤੇ ਉਹ ਡੈਪਟੀਸ਼ਨ ਟੂ ਕੈਬਨਟ ਸੈਕਰੇਟਰੀਅਟ ਕਮੈਂਡੋ ਟਾਈਪ ਆਦਮੀ ਹੈ ਤੇ ਉਹ ਰਾਤ ਕੰਮ ਕਰਦਾ ਹੋਂ ਡੈਪਟੀਸ਼ਨ ਗਿਆ ਹੋਇਆ ਉਹਦਾ ਰੋਲ ਸਾਹਮਣੇ ਆਇਆ 11ਵ ਭਾਰਤ ਸਰਕਾਰ ਨੂੰ ਦੇ ਵਿਦੇਸ਼ ਮੰਤਰਾਲੇ ਆਗਰਾ ਹੈ ਮੰਤਰਾਲਿਆਂ ਨੂੰ ਪਤਾ ਲੱਗਿਆ ਕਿ ਸਾਡੇ ਏਜੰਟ ਦੀ ਨਿਸ਼ਾਨਦੇਹੀ ਹੋ ਗਈ ਹੈ ਸਭ ਤੋਂ ਪਹਿਲਾਂ ਤੈਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਅਸਲ 'ਚ ਇਹ ਦਿਖਾਵੇ ਦੀਆਂ ਗੱਲਾਂ ਹੁੰਦੀਆਂ ਇਹਨੂੰ ਏਜੰਟਿਆਂ ਦੀ ਪਾਰਲਮੈਂਟ ਰੀਹੈਬਿਲੀਟੇਸ਼ਨ ਕਰਦੇ ਆ ਬੰਦੇ ਨੂੰ ਸਰਕਾਰੀ ਨੌਕਰੀ ਤੋਂ ਬਾਅਦ ਕਰਕੇ ਕਿਸੇ ਹੋਰ ਤਰੀਕੇ ਨਾਲ ਰੀਹੈਬਿਲੀਟੇਟ ਕਰ ਦਿੱਤਾ ਜਾਂਦਾ ਮਤਲਬ ਉਹਨੂੰ ਮੇਨਸਟ੍ਰੀਮ ਤੋਂ ਕੱਢ ਕੇ ਸਾਇਰ ਤੇ ਬਿਠਾ ਦਿੱਤਾ ਜਾਂਦਾ ਪਰ ਉਹਦਾ ਖਿਆਲ ਪੂਰਾ ਰੱਖਿਆ ਜਾਂਦਾ ਭਾਰਤ ਨੂੰ ਇਸ ਗੱਲ ਦਾ ਪੂਰਾ ਅਹਿਸਾਸ ਸੀ ਕਿ ਜਦੋਂ ਅਮਰੀਕਾ ਨੇ ਇਹਦੀ ਇਨਕੁਆਰੀ ਕਰਨੀ ਸ਼ੁਰੂ ਕੀਤੀ ਹੈ ਤਾਂ ਤੈ ਤੱਕ ਪਹੁੰਚਣਗੇ ਜਰੂਰ ਇਸ ਕਰਕੇ ਪਿਛਲੇ ਅਕਤੂਬਰ ਚ ਜਦੋਂ ਅਮਰੀਕਾ ਤੇ ਪਹਿਲੀ ਵਾਰੀ यादव ਦਾ ਜ਼ਿਕਰ ਆਇਆ ਭਾਰਤੀ ਵਿਧਾਇਕ ਨੇ ਉਹਨੂੰ ਸਾਈਡਲਾਈਨ ਕਰਕੇ ਬਿਠਾਤਾ ਹੁਣਾਂ ਨੂੰ ਇਹ ਵੀ ਪਤਾ ਸੀ ਕਿ ਕੱਲ ਨੂੰ ਗਦਰਸੂ ਬੂਤ ਕਟੇ ਹੋ ਗਏ ਅਮਰੀਕਾ ਕਹੇਗਾ ਇਹ ਬੰਦਾ ਸਾਡੇ ਹਵਾਲੇ ਕਰੂ ਅਸੀਂ ਇੱਥੇ ਕੇਸ ਚਰਾਉਣਾ ਜੋ ਉਹਨਾਂ ਨੇ ਕਰ ਦਿੱਤਾ ਲੇਕਿਨ ਆਪਣੀਆਂ ਏਜੰਸੀਆਂ ਕਿਹੜੀਆਂ ਕੱਟ ਰਹੀਆਂ ਸਾਰੀਆਂ ਏਜੰਸੀਆਂ ਕੋਲੇ ਦਿਮਾਗ ਹੁੰਦਾ ਸਾਰੇ ਇੱਕੋ ਜਿਹੇ ਕੰਮ ਕਰਦੇ ਹਨ ਨੂੰ ਪਤਾ ਹੁੰਦਾ ਕਿ ਇਹ ਜੀ ਤੀਜ਼ਾ ਤੋਂ ਬਚਣਾ ਕਿ ਮਿਆਂਡ ਵਾਲੇ ਦਿਨਾਂ 'ਚ ਕੀ ਹੋਣਾ ਸੋ ਭਾਰਤ ਸਰਕਾਰ ਨੂੰ ਪਤਾ ਸੀ ਕਿ ਅਮਰੀਕਾ ਇੱਕ ਨਾ ਇੱਕ ਦਿਨ ਵਿਕਾਸ ਯਾਦਵ ਦੀ ਕਸਰੀ ਮੰਗੇਗਾ ਤੇ ਅਸੀਂ ਉਦੋਂ ਇਨਕਾਰ ਨਹੀਂ ਕਰ ਸਕਦੇ ਇਸ ਕਰਕੇ ਨੂੰ ਰੋਕਿਆ ਜਾਵੇ ਤਾਂ ਕਿਵੇਂ ਰੋਕਿਆ ਜਾਵੇ ਦੋਸਤੋ ਤੁਹਾਨੂੰ ਯਾਦ ਹੋਣਾ ਤਿੰਨ ਦਿਨ ਪਹਿਲਾਂ ਇੱਕ ਅਖਬਾਰ ਤੇ ਖਬਰ ਚਾਪੀ ਕਿ ਵਿਕਾਸ ਸਿਆਦਵ ਦਿੱਲੀ ਤੇ ਅਰੈਸਟ ਹੋ ਗਿਆ ਮੈਂ ਬੜਾ ਹਰਾਮ ਹੋਇਆ ਯਾਰ ਵਿਕਾਸ ਸਿਆਦ ਨੂੰ ਤਾਂ ਬਹੁਤ ਪਹਿਲਾਂ ਅਰੈਸਟ ਹੋਣਾ ਚਾਹੀਦਾ ਸੀ ਹੁਣ ਅਰੈਸਟ ਕਿਉਂ ਹੋਇਆ ਜੇ ਹੁਣ ਅਰੈਸਟ ਹੋਇਆ ਤਾਂ ਅਮਰੀਕਾ ਨੇ ਤਾਂ ਇਲਜ਼ਾਮ ਲਾ ਦੇਣਾ ਕਿ ਅਸੀਂ ਦਰੋਂ ਨੂੰ ਭਾਰਤ ਸਰਕਾਰ ਤੋਂ ਮੰਗ ਰਹੇ ਹਾਂ ਅਸੀਂ ਉਹਦੇ ਨੂੰ ਇਨਡਾਈਟ ਕਰਤਾ ਉਹਨੂੰ ਚਾਰਜ ਸ਼ੀਟ ਕਰਤਾ ਉਹਦਾ ਲੋਕ ਆਊਟ ਨੋਟਿਸ ਜਾਰੀ ਕਰਤਾ ਉਦੋਂ ਭਾਰਤ ਸਰਕਾਰ ਨੇ ਇਹਨੂੰ ਅਰੈਸਟ ਕਿਉਂ ਕੀਤਾ ਜਾਂ ਮਤਲਬ ਕਾਨੂੰਨ ਨੇ ਅਦਾਲਤ ਨੇ ਕਿ ਮਨੋਹਰ ਨਹੀਂ ਹੋਈ ਫਿਰ ਮੈਂ ਥੋੜੀ ਜਿਹੀ ਪਿੱਛੇ ਉਹਦੀ ਰਿਸਰਚ ਕਰਨੀ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕੁਝ ਹੋਰ ਖਬਰਾਂ ਸਾਹਮਣੇ ਆਈਆਂ ਕਿ ਹੁਣ ਨਹੀਂ ਉਹ ਪਿਛਲੇ ਸਾਲ ਨਵੰਬਰ ਚ ਉਹਦੇ ਖਿਲਾਫ ਇੱਕ ਕੰਪਲੇਂਟ ਦਰਜ ਹੋੰਦੀ ਹੈ ਦੋਸਤੋ ਇਹ ਸ਼ਿਕਾਇਤ ਬੜੀ ਇੰਟਰਸਟਿੰਗ ਹੈ ਬੜੇ ਧਿਆਨ ਨਾਲ ਸੁਣਿਓ ਤੁਸੀਂ ਇਹਦੀਆਂ ਖਬਰਾਂ ਗੱਲਾਂ ਕਦੇ ਸੁਣੀਆਂ ਨਹੀਂ ਹੋਣੀਆਂ ਏਜੰਟੀਆਂ ਕੰਮ ਕਿਵੇਂ ਕਰਦੀਆਂ ਮੈਂ ਬਹੁਤ ਦੇਖਿਆ ਨੇੜੇ ਉਹ ਵੀ ਦੇਖਿਆ ਕੰਮ ਕਰਨ ਦੇ ਤਰੀਕੇ ਇਹਨਾਂ ਦੇ ਅਕਤੂਬਰ ਚ ਅਮਰੀਕਾ ਦੀ ਸਰਕਾਰ ਆਈਡੈਂਟੀਫਾਈ ਕਰਦੀ ਆ ਵਿਕਰਾਂਤ ਯਾਦਵ ਉਰਬ ਵਿਸ਼ਾਲ ਯਾਦਵ ਨਵੰਬਰ ਚ ਦਿੱਲੀ ਦੇ ਇੱਕ ਥਾਣੇ ਚ ਕੰਪਲੇਂਟ ਦਰਜ ਹੁੰਦੀ ਹੈ ਇੱਕ ਬਿਜ਼ਨਸਮੈਨ ਵੱਲੋਂ ਉਹਦਾ ਨਾਮ ਵਗੈਰਾ ਹੈਗਾ ਪਰ ਆਪਾਂ ਨਾਮ ਲੈਂਦੇ ਨਹੀਂ ਉਹ ਵਿਚਾਰੇ ਦਾ ਕੋਈ ਕਸੂਰ ਨਹੀਂ ਆ ਇੱਕ ਬੰਦਾ ਖੜਾ ਕਰਕੇ ਕੰਪਲੇਂਟ ਕਰਵਾ ਦਿੱਤੀ ਜਾਂਦੀ ਆ ਸ਼ਿਕਾਇਤ ਇਹ ਹੈ ਉਸ ਬਿਜ਼ਨਸਮੈਨ ਨੇ ਇਹ ਕਿਆ ਕਿ ਜੀ ਮੈਨੂੰ ਇਹ ਵਿਕਾਸ ਯਾਦਵ ਨੇ ਕਿਡਨੈਪ ਕੀਤਾ ਤੇ ਮੈਨੂੰ ਇੱਕ ਅਗਿਆਤ ਜਗ੍ਹਾ ਤੇ ਲੈ ਗਿਆ ਉੱਥੇ ਲਿਜਾ ਕੇ ਇਹਨੇ ਮੇਰੀਆਂ ਮੋਦਰੀਆਂ ਰਿੰਗ ਦੇ ਸੋਨੇ ਦੀਆਂ ਚੈਨਾਂ ਮੇਰਾ ਲੋਕੇਟ ਮੇਰਾ ਬ੍ਰੇਸਲੇਟ ਇਹ ਉਹ ਸੋਨੇ ਦਾ ਸਮਾਨ ਮੇਰਾ ਸਾਰਾ ਕੋਲਿਆ ਕੁਝ ਮੇਰੇ ਕੋਲੇ ਪੈਸਾ ਸੀਗਾ ਕੈਸ਼ ਸੀ ਉਹ ਕੋਲਿਆ ਤੇ ਮੇਰੇ ਕੋਲੋਂ ਕੁਝ ਹੋਰ ਪੈਸਾ ਮੰਗਿਆ ਇਹੋ ਜਿਹਾ ਇਲزام ਲਾ ਕੇ ਕਹਿੰਦਾ ਮੈਨੂੰ ਇਹਨੇ ਕਿਡਨੈਪ ਕੀਤਾ ਮਾਰਨ ਦੀ ਧਮਕੀ ਦਿੱਤੀ ਤੇ ਇਸ ਕਰਕੇ ਗੁੱਸੇ ਵਰਦੇ ਤੇ ਆ ਵਿਕਾਸ ਯਾਦਵਤੀ ਕੇਸ ਰਜਿਸਟਰ ਹੋ ਜਾਂਦਾ ਫਿਰ ਉਹਦੀ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਹੈ ਪੁਲਿਸ ਵਿਕਾਸ ਯਾਦਵ ਨੂੰ ਦੇਖੋ ਪੁਰਾਣਾ ਪੁਰਾਣਾ ਕੀ ਸੀਗਾ ਤਾਂ ਏਜੰਟੀ ਸੀ ਸਰਕਾਰ ਦਾ ਜਸੂਤ ਸੀ ਕੋਣ ਲੱਭੜ ਦੀ ਕੋਸ਼ਿਸ਼ ਕਰਦੇ ਇਹਨੂੰ ਲੱਭਿਆ ਜਾ ਵਿਕਾਸ ਦਾ ਪਤਾ ਤਾਂ ਸੀ ਕਿੱਥੇ ਹੈ ਸਭ ਕੁਝ ਇਹ ਦੇਖਣਾ ਚਾਹੁੰਦੇ ਸੀ ਅਮਰੀਕਾ ਥੋੜੀ ਜਿਹੀ ਡਵੈਲਪਮੈਂਟ ਕੀ ਹੁੰਦੀ ਹੈ ਗੇਸਟਰ ਜਸਰ ਕਾਰਤਾ ਮਨ ਨੂੰ ਫੜਨਾ ਸੀ ਜੂ ਲੱਕਿਆ ਵੀ ਉਹ ਤੇ ਗਾਲ ਛੱਡੀ ਨਹੀਂ ਹੋ ਰਹੀ ਬਾਤ ਲਈ ਆ ਤਾਂ ਪਿਛਲੇ ਸਾਲ 2023 ਦੇ ਦਸੰਬਰ ਚ ਵਿਕਾਸ ਯਾਦਵ ਨੂੰ ਉਸ ਬਿਜ਼ਨਸਮੈਨ ਦੀ ਸ਼ਿਕਾਇਤ ਤੇ ਅरेस्ट ਕਰ ਲਿਆ ਜਾਂਦਾ ਚਾਰजेस ਤੇ ਲਾਏ ਜਾਂਦੇ ਆ ਕਿਡਨਾਪਿੰਗ ਮਾਰਨ ਦੀ ਧਮਕੀ ਅਟੈਂਪਟ ਟੂ ਮਰਡਰ ਫਰੋਟੀ ਐਕਸਟਰੈਸ਼ਨ ਔਰ ਕ੍ਰਿਮੀਨਲ ਗੈਂਗਸਟਰ ਨਾਲ ਲਿੰਕ ਇਹ ਚਾਰਜਸ ਲਾ ਕੇ ਨੂੰ ਅਰੈਸਟ ਕਰ ਲਿਆ ਜਾਂਦਾ ਔਰ ਇਹਨੂੰ ਕੋਰਟ ਜਿਹੜੀ ਆ ਉਹ ਜੁਡੀਸ਼ੀਅਲ ਕਸਟਡੀ ਭੇਜ ਦਿੰਦੀ ਹੈ ਇੰਟਰੋਗੇਸ਼ਨ ਜੋ ਹੋਣੀ ਸੀ ਉਹ ਹੀ ਬਾਅਦ ਵਿੱਚ ਜੇਲ੍ਹ ਭੇਜ ਦਿੱਤਾ ਜਾਂਦਾ ਔਰ ਇਹ ਆਦਮੀ 90 ਦਿਨ ਜੇਲ੍ਹ ਚ ਰਹਿੰਦਾ 90 ਦਿਨਾਂ ਕੇਸ ਕੇਸ ਦੀ ਚਾਰਜ ਸ਼ੀਟ ਫਾਈਲ ਕਰ ਦਿੱਤੀ ਜਾਂਦੀ ਹੈ ਤੁਸੀਂ ਦੇਖੋ ਇਹ ਬੰਦਾ ਬੇਲ ਅਪਲਾਈ ਨਹੀਂ ਕਰਦਾ ਚਾਰਜ ਸ਼ੀਟ ਤੋਂ ਪਹਿਲਾਂ ਕਿਉਂਕਿ ਇਹਨੇ ਜੇਲ ਤੇ ਰਾਣਾ ਜ਼ਰੂਰੀ ਸੀ ਇਸ ਕਰਕੇ ਰਹਾ ਜੇਲ ਤੇ ਵੀ ਕਾਹਦਾ ਸਾਰਾ ਕੁਝ ਫੈਸਿਲਟੀ ਮਿਲਦੀ ਹੋਣੀ ਹੈ ਸਭ ਕੁਝ ਅਦਰੋਂ ਤਾਂ ਇੱਕ ਦਿਖਾਉਣ ਦੀ ਕਾਗਜ਼ੀ ਕਾਰਵਾਈ ਸੀ ਖਰ 90 ਦਿਨਾਂ ਬਾਅਦ ਦਿੱਲੀ ਪੁਲਿਸ ਇਸ ਕੇਸ ਦੀ ਚਾਰ ਸ਼ੀਟ ਫਾਈਲ ਕਰ ਦਿੰਦੀ ਆ ਔਰ ਫਰਵਰੀ ਦੇ ਮਾਰਚ ਦੇ ਇੱਕ ਦਿਨ ਇੱਕ ਤਾਰੀਖ ਨੂੰ ਇਹ ਬੇਲ ਅਪਲਾਈ ਕਰਦਾ ਕਿ ਚਾਰ ਚੀਟ ਫਾਈਲ ਹੋ ਗਈ ਜੀ ਉਹਨਾਂ ਮੇਰੀ ਕੋਈ ਇਨਵੈਸਟੀਗੇਸ਼ਨ ਦੀ ਲੋੜ ਨਹੀਂ ਐ ਇਨਕੁਆਰੀ ਦੀ ਲੋੜ ਨਹੀਂ ਐ ਤੇ ਮੈਨੂੰ ਬੇਲ ਦਿੱਤੀ ਜਾਵੇ ਔਰ ਕੋਟ ਇਹਨੂੰ ਜ਼ਮਾਨਤ ਦੇ ਦਿੰਦੀਆਂ ਮਾਲਤੇ ਤੇ ਬੇਲ ਤੋਂ ਬਾਹਰ ਆ ਜਾਂਦਾ ਤੇ ਉਸ ਤੋਂ ਬਾਅਦ ਫਿਰ ਗੁਲ ਅਗਾਰ ਹੁਣ ਦੋਸਤੋ ਇਹ ਸਾਰਾ ਕੁਝ ਕਿਉਂ ਕੀਤਾ ਗਿਆ ਅਕਤੂਬਰ ਚ ਐਫ ਆਈ ਇਹਨੂੰ ਪੈਨ ਅਪੁਆਇੰਟ ਕਰਦੀਆਂ ਨਵੰਬਰ ਚ ਹਿੰਦੁਸਤਾਨ ਦਿੱਲੀ ਇਤੀ ਰਾਜਧਾਨੀ ਚ ਕੇਸ ਹੁੰਦਾ ਦਸੰਬਰ ਚ ਰੈਸਟ ਹੁੰਦਾ ਮਾਰਚ ਚ ਬੇਲ ਕਰਾ ਕੇ ਆਜ਼ਾਦ ਹੋ ਜਾਂਦਾ ਆਜ਼ਾਦ ਕੀ ਰੀਹੈਬਿਲੀਟੇਸ਼ਨ ਕਰਤਾ ਕਿਤੇ ਬਿਠਾਤਾ ਬਾਹਰ ਆ ਜਾ ਕੇ ਹੁਣੇ ਦਰੋਂ ਅਮਰੀਕਾ ਨੇ ਲੋਕਲ ਡੋਟਸ ਕੱਢਤਾ ਕਿ ਸਾਨੂੰ ਵਿਕਾਸ ਯਾਤ ਵਿੱਚ ਆਈਦਾ ਹੁਣ ਭਾਰਤ ਸਰਕਾਰ ਇੰਤਜ਼ਾਰ ਕਰੇਗੀ ਕਿ ਅਮਰੀਕਾ ਤੋਂ ਆਫੀਸ਼ਲ ਰਿਕੁਐਸਟ ਆਵੇ ਆ ਪੀ ਆਈ ਕਿ ਬੰਦਾ ਸਾਡੇ ਹਵਾਲੇ ਕਰੋ ਫਿਰ ਭਾਰਤ ਤਰਕਲ ਕਹੇ ਕਿ ਜੀ ਅਸੀਂ ਨਹੀਂ ਕਰ ਸਕਦੇ ਕਿਉਂਕਿ ਇਹਦੇ ਤੇ ਤਾਂ ਇੱਕ ਕ੍ਰਿਮੀਨਲ ਕੇਸ ਚੱਲ ਰਿਹਾ ਹੁਣ 2 ਦਿਨ ਪਹਿਲਾਂ ਇੱਕ ਨਵੀਂ ਗੱਲ ਸਾਹਮਣੇ ਆ ਗਈ ਜਿਹੜੀ ਮੀਡੀਆ 'ਚ ਫਲਾਈ ਗਈ ਕਿ ਇਸ ਬੰਦੇ ਦੇ ਤਾਂ ਲਾਰੈਂਸ ਪਿਸ਼नोई ਨਾਲ ਵੀ ਰਿਸ਼ਤੇ ਆ ਮਤਲਬ ਏਨੂੰ ਇੱਕ ਕ੍ਰਿਮੀਨਲ ਦੱਸਣ ਲਈ ਵੱਡਾ ਬੰਦਾ ਬਣਾਉਣ ਲਈ ਤਾਂ ਕਿ ਕੋਰਟ ਕੇਸ ਦੇ ਵਿੱਚ ਹੋਰ ਮਜ਼ਬੂਤ ਹੋ ਜੇ ਇਹਨੇ ਨਾਲ ਲਾਰਜ ਵਿੱਚ ਸੋਈ ਦਾ ਨਾਲ ਨਾਂ ਵੀ ਤੋੜ ਦਿੱਤਾ ਗਿਆ ਹੁਣ ਇੱਕ ਦੋ ਕੰਨਾਂ ਸਾਹਮਣੇ ਆਉਂਦੀਆਂ ਪਰੇਤਰਕਾਰ ਦੀ ਕਾਰਵਾਈ ਸਹੀ ਹੈ ਅਸੀਂ ਉਹਦੇ ਖਿਲਾਫ ਨਹੀਂ ਹਰ ਸਰਕਾਰ ਨੂੰ ਆਪਣਾ ਬੰਦਾ ਬਚਾਉਣ ਦਾ ਹੱਕ ਹੁੰਦਾ ਔਰ ਇਸ ਤਰ੍ਹਾਂ ਬਚਾਉਂਦੀਆਂ ਦੁਨੀਆ ਭਰ ਦੀਆਂ ਕੋਈ ਮਾੜੀ ਗੱਲ ਨਹੀਂ ਹੈ ਇਹਦੇ ਜੇ ਉਹ ਜੇ ਕੰਮ ਨਾ ਹੋਣ ਤੇ ਸਰਕਾਰ ਦਾ ਚਲਣਾ ਬੜਾ ਔਖਾ ਹੋ ਜਾਂਦਾ ਹਰ ਦੇਸ਼ ਨੂੰ ਆਪਣੇ ਜਸੂਸੀ ਤੰਤਰ ਮੰਤਰ ਚਲਾਉਣਾ ਪੈਂਦਾ No no doubt about that ਆਪਣੇ ਮੱਧਿਆ ਨੂੰ ਬਚਾਉਣਾ ਵੀ ਕੋ ਗਨਾ ਨਹੀਂ ਠੀਕ ਹੈ ਪਰ ਅੱਗੇ ਕੀ ਹੋਊਗਾ ਉਹ ਦੇਖਣ ਵਾਲੀ ਗੱਲ ਹੈ ਸਟ੍ਰੈਟਜੀ ਕਿਵੇਂ ਬਣਾਉਂਦੀਆਂ ਨੇ ਸਰਕਾਰ ਹੁਣ ਲਾਰੈਂਸ ਬਿਸ਼ਨੋਈ ਦਾ ਨਾਂ ਛੋੜਦਾ ਇਹਦਾ ਮਤਲਬ ਕਿਤੇ ਨਾ ਕਿਤੇ ਲਾਰੈਂਸ ਬਿਸ਼ਨੋਈ ਜਦੋਂ ਇਹ ਬੰਦਾ ਰੌਦਾ ਏਜੰਸੀ ਸੋ ਕਾਲ ਨੌਕਰੀ ਛੱਡਣ ਤੋਂ ਪਹਿਲਾਂ ਜਾਂ ਨੌਕਰੀ ਤੋਂ ਕੱਢੇ ਜਾਣ ਤੋਂ ਪਹਿਲਾਂ ਕੀ ਲਾਰਸ ਬਿਸ਼ਨੋਈ ਦੇ ਤੱਕ ਸੀ ਕੀ ਲਾਰਸ ਬਿਸ਼ਨੋਈ ਏਜੰਸੀਆਂ ਦੇ ਟੱਚ 'ਚ ਹੈ ਕੀ ਲਾਰਸ ਬਿਸ਼ਨੋਈ ਏਜੰਸੀਆਂ ਦੇ ਵਿਹਾਰ ਤੇ ਕੰਮ ਕਰਦਾ ਕੀ ਇਹ ਅਮਰੀਕਾ ਵਾਲੇ ਕੇਸ ਵੀ ਲਾਰਸ ਬਿਸ਼ਨੋਈ ਦੀ ਮਦਦ ਉਸੇ ਤਰ੍ਹਾਂ ਅਕੇ ਜਾ ਕੇ ਇਸ ਕੇਸ ਵਿੱਚ ਨਹੀਂ ਪੰਨੂ ਵਾਲੇ ਕੇਸ ਨਹੀਂ ਇਹ ਦਿੱਤੇ ਉਦੋਂ ਜਦੋਂ FBI ਨੇ ਪਹਿਲਾਂ ਇਹਦਾ ਖੁਲਾਸਾ ਕੀਤਾ ਤੇ ਕਿਹਾ ਸੀ ਹੋਰ ਵੀ ਕਈ ਲੋਕ ਅਮਰੀਕਾ 'ਚ ਟਾਰਗੇਟ ਤੇ ਸੀਗੇ ਇੰਡੀਅਨ ਏਜੰਸੀਜ਼ ਦੇ ਕੀ ਉਹਨਾਂ ਟਾਰਗੇਟਸ ਨੂੰ ਟਾਰਗੇਟ ਕਰਨ ਲਈ ਲਾਰੈਂਸ ਬੇਜੋਟ ਦੀ ਮਦਦ ਲਈ ਜਾਣੀ ਸੀ ਇਸ ਬੰਦੇ ਦੇ ਤਰੁ ਵਿਕਾਸ ਯਾਦਵ ਦੇ ਤਰੁ ਇਹ ਸਵਾਲ ਵੀ ਖੜਾ ਹੁੰਦਾ ਨਹੀਂ ਤਾਂ ਰਿਪੋਰਟ ਪ੍ਰੈਸ ਰਿਪੋਰਟ ਜਿਹੜੀਆਂ ਲੀਕ ਕੀਤੀਆਂ ਗਈਆਂ ਜੋ ਪਲਾਂਟ ਕੀਤੀਆਂ ਗਈਆਂ ਇਹ ਨਹੀਂ ਥੀਆਂ ਉਹਨੀਆਂ ਹੁਣ ਲਾਡਰ ਬਿਸ਼ੋਈ ਦਾ ਨਾ ਆਉਣ ਨਾਲ ਇਹ ਜਿਹੜਾ ਵਿਕਾਸ ਜਾਤ ਹੈ ਇਹ ਇੱਕ ਤਰੀਕੇ ਨਾਲ ਕਾਨੂੰਨ ਦੀਆਂ ਨਜ਼ਰਾਂ 'ਚ ਸ਼ਾਤਰ ਕ੍ਰਿਮੀਨਲ ਬਣ ਗਿਆ ਜਿਹੜਾ ਕਿਸੇ ਬੰਦੇ ਨੂੰ ਕਿਡਨਾਪ ਕਰ ਸਕਦਾ ਉਹ ਉਤੋਂ ਰੋਹ ਦੀ ਨਾਲ ਲੁੱਟਮਾਰ ਕਰ ਸਕਦਾ ਉਹਨੇ ਜਾਨ ਤੋਂ ਮਰਦੀ ਧਮਕੀ ਦੇ ਸਕਦਾ ਇਲੀਗਲ ਕੰਪਾਈਨਮੈਂਟ ਚ ਰੱਖ ਸਕਦਾ ਇਹ ਸਾਰੇ ਇਲਜ਼ਾਮ ਲੱਗੇ ਹੋਏ ਭਾਵੇਂ ਹੁਣ ਜ਼ਮਾਨਤ ਤੇ ਔਰ ਉਹ ਜ਼ਮਾਨਤ ਕਦੇ ਵੀ ਕੈਨਸਲ ਕਰਵਾਈ ਜਾ ਸਕਦੀ ਹੈ ਫਿਰ ਇਹਨੂੰ ਜੇਲ੍ਹ ਚ ਕਿਸੇ ਜਿ ਭੇਜਿਆ ਜਾ ਸਕਦਾ ਜੇ ਲੋੜ ਪਈ ਤਾਂ ਹੁਣ ਹੋਣਾ ਕੀ ਆ ਅਮਰੀਕਨ ਸਰਕਾਰ ਦਾ ਜਦੋਂ ਨੋਟਿਸ ਆਏਗਾ ਕਿ ਸਾਡੇ ਹਵਾਲੇ ਕਰੋ ਭਾਰਤ ਸਰਕਾਰ ਕਹੇਗੀ ਇਹ ਸਾਨੂੰ ਕੋਰਟ ਤੋਂ ਪਰਮਿਸ਼ਨ ਲੈਣੀ ਪੈਣੀ ਆ ਕਿਉਂਕਿ ਹੀ ਇਨ ਮੈਟਰ ਇਜ਼ ਪੈਂਡਿੰਗ ਇਨ ਦਾ ਕੋਰਟ ਫੇਰ ਅਮਰੀਕਨ ਸਰਕਾਰ ਜਿਹੜੀ ਉਹ ਅਦਾਲਤ ਨੂੰ ਮੂਵ ਕਰੇਗੀ ਭਾਰਤ ਸਰਕਾਰ ਦੇ ਥਰੂ ਜਾਂ ਭਾਰਤ ਸਰਕਾਰ ਨੂੰ ਕਰੇਗੀ ਭਾਰਤ ਸਰਕਾਰ ਉਹ ਇਹ ਜਰਾ ਆਦਮੀ ਇਹ ਚੈਲੰਜ ਕਰੇਗਾ ਕੋਰਟ ਚ ਨਾ ਦੇ ਵਕੀਲ ਚੈਲੰਜ ਕਰਨਗੇ ਕੋਈ ਨਾ ਕੋਈ ਕਾਨੂੰਨੀ ਅੜਚਣ ਖੜੀ ਕਰਨਗੇ ਔਰ ਜਦੋਂ ਤੱਕ ਕੇਸ ਕੇਸ ਦਾ ਫੈਸਲਾ ਨਹੀਂ ਹੁੰਦਾ ਜਾਂ ਜਦੋਂ ਤੱਕ ਭਾਰਤ ਦੀ ਅਦਾਲਤ ਪਰਮਿਸ਼ਨ ਨਹੀਂ ਦਿੰਦੀ ਕਿ ਬੰਦੇ ਨੂੰ ਦੇਸ਼ ਤੋਂ ਬਾਹਰ ਗਾਂਬੀ ਇਜਾਜ਼ਤ ਦਿੱਤੀ ਜਾਂਦੀ ਆ ਜਾਂ ਨੂੰ ਅਮਰੀਕਾ ਦੇ ਹਵਾਲੇ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਆ ਉਦੋਂ ਤੱਕ ਕਿ ਬੰਦਾ ਭਾਰਤ ਤੋਂ ਬਾਹਰ ਨਹੀਂ ਜਾ ਸਕਦਾ ਇਹ ਇੱਕ ਸਟ੍ਰੈਟਜੀ ਆ ਆਪਣੀਆਂ ਏਜੰਸੀਆਂ ਨੇ ਬਣਾ ਕੇ ਰੱਖ ਲਈ ਕੋਈ ਕੋਈ ਮਾਰੀ ਗੱਲ ਦੀ ਇਹ ਤੇ ਅਸੀਂ ਸਰਕਾਰ ਦੇ ਨਾਲ ਆਏ ਸੀ ਗੱਲ ਇਹ ਆਪਣੇ ਜਨਸੂਸਤਾ ਨੂੰ ਬਚਾਉਣਾ ਚਾਹੀਦਾ ਲੇਕਿਨ ਦੁਨੀਆ ਦੇ ਸਾਹਮਣੇ ਐਕਸਪੋਜ਼ ਹੋ ਗਏ ਅਸੀਂ ਕੀ ਕਰ ਦੇਤੀਆਂ ਹੁਣ ਦੂਜੇ ਪਾਸੇ ਜਾਂਦੇ ਚੱਲਦੇ ਕੈਨੇਡਾ ਇੰਨੇ ਇਲਜ਼ਾਮ ਬਾਜ਼ੀਆਂ ਹੋਈਆਂ ਥੇ ਸਾਡੇ ਰਾਜਦੂਤ ਉਹਨਾਂ ਨੇ ਕੱਢਤੇ ਛੇ ਅਸੀਂ ਉਹਨਾਂ ਦੇ ਕੱਢਤੇ ਇਲਜ਼ਾਮ ਲੱਗਦੇ ਆ ਪਰ ਸਰਕਾਰ ਨੇ ਕਿਹਾ ਕਿ ਅਸੀਂ ਕੈਨੇਡਾ ਨੂੰ 28 ਬੰਦਿਆਂ ਦੇ ਰਿਸਟ ਭੇਜੀ ਕਿ ਇਹ ਕ੍ਰਿਮੀਨਲ ਸਾਡੇ ਭੱਜੇ ਹੋਏ ਵਾਂਟਰਡ ਤੁਹਾਡੇ ਦੇਸ਼ ਚ ਬੈਠਿਆਂ ਨੂੰ ਪੜ ਕੇ ਵਾਪਸ ਭੇਜੋ ਆਸਟ੍ਰੇਲੀਆ ਨੇ ਕਦੇ ਕੋਈ ਜਵਾਬ ਨਹੀਂ ਦਿੱਤਾ ਹੁਣ ਜਦੋਂ ਡਿਪਲੋਮੈਟਸ ਤੇ ਇਲਜ਼ਾਮ ਲੱਗੇ ਕਿ ਉਹ ਗੜਬੜਾ ਕਰਾ ਰਹੇ ਆ। ਹੁਣ ਕੈਨੇਡਾ ਦਾ ਇਹ ਕਹਿਣਾ ਹੈ ਕਿ ਜਿਹੜੇ ਬੰਦੇ ਹਿੰਦੁਸਤਾਨ ਤੋਂ ਭੱਜੇ ਅਗਰ ਉਹ ਇੰਨੇ ਡੇਂਜਰਸ ਕ੍ਰਿਮੀਨਲ ਸੀ ਤੁਸੀਂ ਉਹਨਾਂ ਦੇ ਪਾਸਪੋਰਟ ਕਿਉਂ ਬਣਾਈ? ਤੁਸੀਂ ਉਹਨਾਂ ਨੂੰ ਭੱਜਣ ਕੋਈ ਦਿੱਤਾ। ਉਹਨਾਂ ਦੇ ਦੇਸ਼ ਛੱਡਣ ਤੇ ਰੋਕ ਕਿਉਂ ਲਾਈ? ਜੇ ਉਹ ਇੰਨੇ ਡੇਂਜਰਸ ਕ੍ਰਿਮੀਨਲ ਸੀ ਤਾਂ ਉਹ ਦੇਸ਼ ਛੱਡ ਕੇ ਤੁਹਾਨੂੰ ਚੱਕਵਾ ਦੇ ਕੇ ਕੈਨੇਡਾ ਪਹੁੰਚ ਕਿਵੇਂ ਗਏ ਹੁਣ ਇੱਥੇ ਆ ਕੇ ਤਾਂ ਉਹਨਾਂ ਨੇ ਕੁਝ ਕੀਤਾ ਨਹੀਂ ਜੇ ਉਹ ਇੱਥੇ ਕਰਨਗੇ ਤੇ ਭੜ ਲਾਗੇ ਸੋ ਕੋਈ ਹੋਰੀਆਂ ਗੱਲਾਂ ਚੱਲ ਰਹੀਆਂ ਲੇਕਿਨ ਹੁਣ ਟ੍ਰੇਡ ਫੋਰ ਟ੍ਰੈਡ ਜਦੋਂ ਕੈਨੇਡਾ ਨੇ ਕਿਹਾ ਤੇ ਇੰਡੀਅਨ ਇੰਟੈਲੀਜੈਂਸ ਏਜੰਸੀ ਸਾਡੇ ਦੇਸ਼ ਚ ਦਖਲ ਦੇ ਰਹੀਆਂ ਉਹਦਾ ਜਵਾਬ ਭਾਰਤ ਨੇ ਵੀ ਦੇਣਾ ਸੀ ਉਹ ਡੇਟਾ ਸਾਡੀਆਂ ਏਜੰਸੀਆਂ ਨੇ ਬੜਾ ਚੰਗਾ ਕੰਮ ਕੀਤਾ ਇਹ ਕਹਿੰਦੇ ਜੀ ਕੈਨੇਡਾ ਦੀ ਆਪਣੇ ਬਾਰਡਰ ਸਕਿਉਰਿਟੀ ਫੋਰਸਾਂ ਨੂੰ ਉਹਨਾਂ ਦੀ ਬਾਰਡਰ ਇੱਕ ਪੁਲਿਸ ਹੈ ਬਾਰਡਰ ਪੁਲਿਸ ਬਾਰਡਰ ਸਕਿਉਰਿਟੀ ਪੁਲਿਸ ਉਹਦੇ ਚ ਇੱਕ ਪੰਜਾਬੀ ਬੰਦਾ ਕੰਮ ਕਰਦਾ ਜਿਹਦਾ ਨਾਮ ਹੈਗਾ ਸੰਦੀਪ ਸਿੰਘ ਸਿੱਧੂ ਉਸ ਅਪਰਨ ਟ੍ਰੈਂਡੈਂਟ ਰੈਂਕ ਦਾ ਅਫਸਰ ਉਹਦੇ ਤੇ ਇਲਜ਼ਾਮ ਲਾਇਆ ਕਿ ਇਹ ਜਿਹੜਾ ਸਿੱਧੂ ਹੈ ਸੰਦੀਪ ਸਿੰਘ ਸਿੱਧੂ ਇਹ ਹਜ਼ਰਤਨ ਲਿਬਰੇਸ਼ਨ ਫੋਰਸ ਨਾਲ ਮਿਲਿਆ ਹੋਇਆ। ਗਿਰੀ ਬਾਗਡੋਰ ਜਿਹੜੀ ਅੱਜਕੱਲ੍ਹ ਲੋਕ ਕੈਨੇਡਾ 'ਚ ਕੋਈ ਸਨੀ ਸਨੀ ਟ੍ਰਾਂਟੋ ਟ੍ਰਾਂਟੋ ਤੇ ਰਹਿੰਦਾ ਹੋਣਾ ਸਨੀ ਉਹਦਾ ਨਾਮ ਐਡਮੀ ਨਾ ਹੋਣਾ ਸਨੀ ਟ੍ਰਾਂਟੋ ਨਾਂ ਦਾ ਬੰਦਾ ਉਹ ਕੈਨੇਡਾ 'ਚ ਹਜ਼ਰਤਨ ਲਿਬਰੇਸ਼ਨ ਫੋਰਸ ਚਲਾਉਂਦਾ। ਉਹ ਸਨੀ ਟੋਰਾਂਟੋ ਦੇ ਤਾਰ ਮਿਲਿਓ ਆ ਪਾਕਿਸਤਾਨ ਚ ਬੈਠੇ ਲਖਵੀਰ ਸਿੰਘ ਰੋਡੇ ਨਾਲ ਜਿਹੜਾ ਪਿੰਡਰਾਂ ਵਾਲਿਆਂ ਦਾ ਪਤੀਜਾ ਉਹ ਦੋਨੇ ਮਿਲਕੇ ਹਿੰਦੁਸਤਾਨ ਤੇ ਖਾਲਿਸਤਾਨ ਮੂਵਮੈਂਟ ਦੁਬਾਰਾ ਖੜੀ ਕਰਨਾ ਚਾਹੁੰਦੇ ਆ ਤੇ ਉਹਨਾਂ ਲੋਕਾਂ ਨੂੰ ਮਾਰਦੇ ਆ ਜਿਹੜੇ ਖਾਲਿਸਤਾਨ ਮੂਵਮੈਂਟ ਦੇ ਖਿਲਾਫ ਖੜੇ ਹੁੰਦੇ ਆ ਜਿਨ੍ਹਾਂ ਚੋਂ ਇੱਕ ਸੀਗਾ ਕਾਮਰੇਡ ਬਲਵਿੰਦਰ ਸਿੰਘ ਸੰਧੂ ਇਹ ਬਲਵਿੰਦਰ ਸਿੰਘ ਸੰਧੂ ਤਾਰਨ ਤਾਰਨ ਪਿੱਕੀ ਵੰਡੇਰੀਏ ਰਹਿਣ ਵਾਲਾ ਬੰਦਾ ਉਹ ਆਪਣਾ ਸਕੂਲ ਚਲਾਉਂਦਾ ਸੀ 80 90 ਦੇ ਦਹਾਕਿਆਂ ਦੇ ਖਾਲਸਤਾਨੀਆਂ ਦੇ ਖਿਲਾਫ ਲੜਿਆ ਉਹਨੂੰ ਸ਼ੌਰੀਅਤ ਚੱਕਰ ਵੀ ਮਿਲਿਆ 2020 ਤੋਂ ਉਹਦਾ ਮਰਡਰ ਹੋ ਜਾਂਦਾ ਜਿਹੜਾ ਭਾਰਤ ਦਾ ਕਹਿਣਾ ਹੈ ਕਿ ਉਹ ਏਕ ਸਨੀ ਟੋਰੰਟੋ ਆਰੇ ਦੇ ਸਾਥੀਆਂ ਨੇ ਕੀਤਾ ਔਰ ਇਹਨਾਂ ਦੀ ਪੂਰੀ ਮਦਦ ਕੀਤੀ ਉਹ ਸੰਦੀਪ ਸਿੰਘ ਸਿੱਧੂ ਨਾਂ ਦੇ ਬੰਦੇ ਨੇ ਜਿਹੜਾ ਕੈਨੇਡਾ ਦੀ ਬਾਰਡਰ ਸਕਿਉਰਿਟੀ ਪੁਲਿਸ ਸਪਰਿੰਟ ਟੈਂਡਰ ਦੇ ਤੌਰ ਤੇ ਕੰਮ ਕਰ ਰਿਹਾ ਹੁਣ ਉਹਨੂੰ ਕੈਨੇਡਾ ਸਾਡੇ ਹਵਾਲੇ ਕਰੋ ਇਹ ਮਰਡਰ ਕੇਸ ਤੇ ਇਨਵਾਲਡ ਆ ਇਹ ਹਿੰਦੁਸਤਾਨ ਦੇ ਖਿਲਾਫ ਜਿਹੜੀਆਂ ਗਰੇਵੜੀਆਂ ਬਦਈਸ਼ਾਂ ਚ ਹੋ ਰਹੀਆਂ ਗਤੀਵਿਧੀਆਂ ਉਹਨਾਂ ਨੂੰ ਇਹ ਸਪੋਰਟ ਕਰਦਾ ਮਤਲਬ ਹੁਣ ਕੈਨੇਡਾ ਸਰਕਾਰ ਦੇ ਮੁਲਾਜ਼ਮਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਵੇਂ ਕੈਨੇਡਾ ਸਰਕਾਰ ਭਾਰਤ ਸਰਕਾਰ ਦੇ ਮੁਲਾਜ਼ਮਾਂ ਨੂੰ ਘੇਰ ਰਹੀ ਹੈ ਇਹਨੂੰ ਡਿਪਲੋਮੈਟਿਕ ਭਾਸ਼ਾ ਵਿੱਚ ਕਹਿੰਦੇ ਟ੍ਰੈਪ ਪੋਟਟ ਜਾ ਤੈ ਕੋਤਾ ਸਾ ਇਹ ਤੁਹਾਡਾ ਜਵਾ ਪੱਥਰ ਇਹ ਇੱਕ ਹਫਤਾ ਨੇ ਅਗਰੇਤੀ ਦੀ ਕਾਫਤਾ ਟਿਟਪੋਰਟ ਹੈ ਤੁਸੀਂ ਸਾਡੇ ਨਾਲ ਆਇਆ ਕਰੋਗੇ ਤੇ ਅਸੀਂ ਵੀ ਤੁਹਾਡੇ ਨਾਲ ਆਇ ਕਰਾਂਗੇ ਹੁਣ ਕੀ ਭਾਰਤ ਸਰਕਾਰ ਇਸ ਗੱਲ ਦੇ ਸਬੂਤ ਕੈਨੇਡਾ ਸਰਕਾਰ ਨੂੰ ਦੇਏਗੀ ਕਿ ਇਹ ਸੰਦੀਪ ਸਿੰਘ ਸਿੱਧੂ ਦਾ ਬਲਵਿੰਦਰ ਸਿੰਘ ਸੰਧੂ ਕਾਮਰੇਡ ਦੇ ਕਤਲ ਦੇ ਕੇਸ 2024 ਦੇ ਕੇਸ ਕੀ ਲਾਣਾ ਦੇਣਾ ਸੀ ਕੀ ਰੋਲਸ ਔਰ ਸਨੀ ਟ੍ਰਾਂਟੋ ਕੌਣ ਹੈ ਭਾਰਤੀ ਏਜੰਸੀਆਂ ਦਾ ਮੰਨਣਾ ਹੈ ਕਿ ਸਨੀ ਟ੍ਰਾਂਟੋ ਜਿਹੜਾ ਉਹ ਬੇਬੋਗਸ ਨਾਮ ਹੈ ਉਹ ਅਸਲ ਸੰਦੀਪ ਸਿੰਘ ਸਿੱਧੂ ਹੀ ਸਨੀ ਟ੍ਰਾਂਟੋ ਹੈ ਇਹ ਇਹਨਾਂ ਦਾ ਮੰਨਣਾ ਪਰ ਉਹ ਆਉਣ ਵਾਲੇ ਦਿਨ ਬੜੇ ਇੰਟਰਸਟਿੰਗ ਹੋਣਗੇ ਸਾਡੀ ਕੂਟਨੀਤਿਕ ਨੀਤੀ ਜਿਹੜੀ ਹੈ ਡਿਪਲੋਮੇਸੀ ਜਿਹੜੀ ਹੈ ਉਹ ਕਿੰਨੀ ਸਾਰਥ ਹੋ ਕੇ ਸਾਰਥਕ ਹੋ ਕੇ ਨਿਭੜਦੀ ਹੈ ਕਿੰਨੀ ਕਾਮਯਾਬ ਹੁੰਦੀ ਹੈ ਤੇ ਦੁਨੀਆ ਦੀਆਂ ਦੋ ਵੱਡੀਆਂ ਤਾਕਤਾਂ ਕਿਹੜੇ ਰਾਤੇ ਅਮਰੀਕਾ ਉਹਨਾਂ ਦੀ ਜਿਹੜੀ ਕੂਟਨੀਤੀ ਆ ਉਹ ਕਿੰਨੀ ਖਾਸ ਤੇ ਕੁੰਦੀ ਹੈ ਇਹ ਦੇਖਣ ਵਾਲਾ ਬੜਾ ਇੰਟਰਸਟਿੰਗ ਵਿਸ਼ਾ ਹੋਊਗਾ ਇੱਕ ਪਾਸੇ ਭਾਰਤ ਸਰਕਾਰ ਥੋੜਾ ਜਿਹਾ ਅਮਰੀਕਾ ਨਾਲ ਕੋਆਪਰੇਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਲੇਕਿਨ ਦੂਜੇ ਪਾਸੇ ਕੈਨੇਡਾ ਨਾਲ ਅੱਖਾਂ ਚੱਖਾ ਪਾ ਕੇ ਮੁਕਾਬਲਾ ਕਰ ਰਹੀ ਹੈ ਇਹ ਰਹਣਾ ਜਿਹੜਾ ਐਂਡ ਰਿਜ਼ਲਟ ਹੋਣਾ ਆਉਣ ਵਾਲੇ ਕੁਝ ਵੀ ਨੈਤੋ ਦੇਖਣ ਵਾਲਾ ਹੋਊਗਾ ਸੋ ਦੋਸਤੋ ਇਹ ਕੁਝ ਅਧਰਨੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਆਉਣ ਵਾਲੇ ਦਿਨਾਂ ਇੱਥੇ ਇਸ ਤਰ੍ਹਾਂ ਦੇ ਪੰਜਾਬ ਨਾਲ ਜੁੜੇ ਮੁੱਦੇ ਲੈ ਕੇ ਫਿਰ ਹਾਜ਼ਰ ਹੋਵਾਂਗੇ ਲੇਕਿਨ ਇੱਕ ਗੱਲ ਪੱਕੀ ਹੈ ਕਿ ਲਾਰਸ ਬਿਸ਼ਨੋਈ ਦਾ ਹੱਥ ਤਕਰੀਬਨ ਹਰ ਕੇਸ ਤੋਂ ਦਾ ਲੱਗਦਾ ਕਿਤੇ ਨਾ ਕਿਤੇ ਇਹ ਧਾਰਨਾ ਪੱਕੀ ਹੁੰਦੀ ਜਾਂਦੀ ਹੈ ਕਿ ਲਾਰਸ ਬਿਸ਼ਨੋਈ ਨੂੰ ਇਨਾ ਵੱਡਾ ਬਣਾਉਣ ਦੇ ਪਿੱਛੇ ਕਿਤੇ ਸਾਡੀਆਂ ਏਜੰਸੀਆਂ ਦਾ ਹੱਥ ਤਾਂ ਨਹੀਂ ਇੱਕ ਸਵਾਲ ਹੈ ਜਦਾ ਜਵਾਬ ਤੁਸੀਂ ਜਰਾ ਕਮੈਂਟਸ ਚ ਦਿਓ ਤੁਹਾਨੂੰ ਕੀ ਲੱਗਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ